ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਨੇ ਸਾਰਿਆਂ ਦੇ? ਤੇ ਸਾਰੇ ਠੀਕ ਠਾਕ ਹੋ ਨਾ? ਇੱਧਰ ਕੁਝ ਬੰਦੇ ਠੀਕ ਨਹੀਂ ਹੈਗੇ, ਆਹ ਵੇਖੋ। ਸੰਦੀਪ ਦੇ ਕਾਫੀ ਜ਼ਿਆਦਾ ਦਰਦ ਹੋਣ ਡਈ। ਹਾਂ ਸੰਦੀਪ ਠੀਕ ਨਹੀਂ ਹੈਗੀ ਤੇ ਮਾਮਾ ਉਹਨੂੰ ਡਾਕਟਰ ਨੂੰ ਵਿਖਾ। ਇਹ ਨਹੀਂ, ਫੋਨ ਕੱਟ ਕੇ ਕਹਿੰਦਾ ਆਹ ਵੇਖੋ ਸੰਦੀਪ ਠੀਕ ਨਹੀਂ ਹੈਗੀ ਅੱਜ, ਇਹਦੇ ਨਾਲ ਪਤਾ ਨਹੀਂ ਕਿੱਥੇ ਕਿੱਥੇ ਪੀੜ ਹੁੰਦੀ, ਉਹ ਵੀ ਦੱਸੀ ਜਾਂਦਾ ਵਲੋਗਾਂ ਵਿੱਚ। ਤੇ ਮਾਮਾ ਹੁਣ ਕੀ, ਲੋਕੀ ਹੁਣ ਦਵਾਈ ਚੁੱਕੀ ਫਿਰਨ ਤੇਰੇ ਘਰ ਆਉਣ ਤੈਨੂੰ ਟੀਕਾ ਲਾਉਣ? ਸੰਦੀਪ ਨੂੰ ਆਪੀ ਦਵਾਈ ਦਵਾ ਉਹਨੂੰ, ਚੱਲ ਦਵਾਈ ਦਵਾ ਮੇਰਾ ਪੁੱਤ ਚੱਲ। ਸੰਦੀਪ ਦੀ ਚੱਲੇ ਆ ਦਵਾਈ ਲੈਣ ਵਾਸਤੇ, ਰਾਤ ਦਾ ਵੱਜ ਗਿਆ ਆ ਇੱਕ, ਤੇ ਹੁਣ ਭਾਜੀ ਹੁਣਾਂ ਨੂੰ ਪਤਾ ਹੋਊਗਾ ਕਿੱਥੇ ਜਾਣਾ। ਰਾਤ ਦਾ 1 ਵੱਜ ਗਿਆ ਤੇ ਸੰਦੀਪ ਦੇ ਦਰਦ ਹੋਣ ਲੱਗ ਗਈ ਆ, ਤੇ ਉਹ ਵੀ ਵਲੌਗ ਬਣਾ ਕੇ ਦੱਸਣ ਡਿਆ ਕਿ ਹਾਂ ਵੀ ਸੰਦੀਪ ਦੇ ਦਰਦ ਹੋਣ ਲੱਗ ਗਈ ਆ ਤੇ ਆਪਾਂ ਹੁਣ ਚੱਲੇ ਆ ਲੈਣ ਦਵਾਈ। ਜਦੋਂ ਮੈਂ ਤੈਨੂੰ ਕਿਹਾ ਸੀ ਟਾਈਮ ਨਾਲ ਦਵਾਈ ਦਵਾ ਨੂੰ, ਉਦੋਂ ਤੂੰ ਨਹੀਂ ਮੁੜਿਆ, ਹੁਣ ਰਾਤ ਦੇ 1 ਵਜੇ ਇਹ ਵੀ ਨਹੀਂ ਪਤਾ ਕਿੱਥੇ ਚੱਲੇ ਆ। ਉਹ ਵੀ ਨਹੀਂ ਪਤਾ ਸਾਨੂੰ ਕਿੱਥੇ ਚੱਲੇ ਆ, ਭਾਜੀ ਨੂੰ ਪਤਾ। ਭਾਜੀ ਨੂੰ ਫੋਨ ਫੜਾ ਦੇ, ਆਪੇ ਭਾਜੀ ਬਣਾ ਲੈਣਗੇ ਵਲੌਗ ਸਾਰਾ। ਬਸ ਸਹੀ ਹੈ। ਤੇ ਸੰਦੀਪ ਦੇ ਕਾਫੀ ਜ਼ਿਆਦਾ ਦਰਦ ਹੋ ਰਹੀ ਆ ਪੱਥਰੀ ਦੀ, ਇਹ ਹੁਣ ਕੰਟਰੋਲ ਦਾ ਕੰਮ ਬਾਹਰ ਹੋ ਗਿਆ, ਇੰਜੈਕਸ਼ਨ ਜਿਹੜਾ ਨਹੀਂ ਉਹ ਲਵਾਈਏ। ਉਹਦੇ ਇੰਜੈਕਸ਼ਨਾਂ ਦਾ ਤੇ ਸਾਨੂੰ ਪਤਾ ਨਹੀਂ ਕਿ ਕਦੋਂ ਲੱਗਣੇ ਕਦੋਂ ਨਹੀਂ, ਪਰ ਤੇ ਤੁਹਾਡੇ ਸਾਰਿਆਂ ਦੇ ਲੱਗ ਜਾਣੇ ਆ। ਮਾਮਾ ਗੱਡੀ ਇੱਕ ਹੱਥ ਤੋਂ ਗੱਡੀ ਚਲਾਉਣ ਡਿਆ ਤੇ ਇੱਕ ਹੱਥ ਨਾਲ ਤੂੰ ਫੋਨ ਫੜਿਆ ਵਾ, ਵੱਡੇ ਘਰ ਨਾ ਪਹੁੰਚ ਜਿਓ। ਕਿਤੇ ਜਾਂਦੇ ਆ ਇੰਜੈਕਸ਼ਨ ਵਗੈਰਾ ਜਿਹੜਾ ਨਹੀਂ ਲਵਾ ਕੇ ਆ ਜਾਂਦੇ ਆ। ਆਹੋ ਇੰਜੈਕਸ਼ਨ ਚੰਗੀ ਤਰ੍ਹਾਂ ਲਵਾਈ ਤੇ ਇੰਜੈਕਸ਼ਨ ਲਾਉਂਦਿਆਂ ਦੀ ਵੀਡੀਓ ਵੀ ਬਣਾਉਣੀ ਆ, ਚੰਗਾ ਉਹ ਵੀ ਪਾਉਣੀ ਆਪਾਂ ਯੂਟਿਊਬ ਤੇ, ਪੈਸੇ ਜ਼ਿਆਦਾ ਆਉਣਗੇ ਹਨਾ, ਉਹ ਵਿਊ ਬੜੇ ਹੁੰਦੇ ਉੱਤੇ ਜਦੋਂ ਪਿੱਛੇ ਟੀਕਾ ਲਾਉਣਗੇ। ਜਦੋਂ ਸੰਦੀਪ ਦੀ ਆਵਾਜ਼ ਆਈ ਉਹ ਵੀ ਬਣਾਈ ਵੀਡੀਓ। ਇਹ ਗੱਲ ਤਾਂ ਹੈਗਾ ਵੀ ਮਾਰੇ ਨੇ, ਚਲੋ ਗੱਡੀ ਦਿੱਤੀ ਹੈ ਤੇ ਇਹਦਾ ਸੁੱਖ ਹੈਗਾ ਵੀ ਜਿੱਦਣ ਮਰਜ਼ੀ ਨਿਕਲ ਜਾਈਦਾ। ਇਹ ਤੈਨੂੰ ਗੱਡੀ ਦੇ ਦਿੱਤੀ ਰੱਬ ਨੇ, ਪਰ ਉਹਨੂੰ ਬਿਮਾਰੀ ਲਈ ਨਾ ਵਰਤ, ਤੂੰ ਉਹਨੂੰ ਚੰਗੇ ਕੰਮ ਲਈ ਵਰਤ ਮਾਮਾ। ਤੂੰ ਏਦਾਂ ਕਰ, ਉਹ ਗੱਡੀ ਦੇ ਉੱਤੇ ਨਾ ਐਂਬੂਲੈਂਸ ਲਿਖਾ ਲੈ, ਹਾਂ ਵੀ ਜਦੋਂ ਵੇਖਾਂ ਕਦੀ ਮੰਮੀ ਬਿਮਾਰ, ਕਦੀ ਡੈਡੀ ਬਿਮਾਰ, ਕਦੀ ਉਹ ਬਿਮਾਰ, ਇਹਦੇ 'ਚ ਹੀ ਖੜਨਾ ਹੁੰਦਾ, ਇਹ ਤੇ ਐਂਬੂਲੈਂਸ ਲਿਖਾ। ਹੋਸਪਿਟਲ ਲੈ ਕੇ ਆ ਗਏ ਨੇ ਭਾਜੀ ਹੁਣੀ, ਹੁਣ ਇਹਨਾਂ ਦੇ ਬਾਗ ਵੀ ਇੱਥੇ ਇੰਜੈਕਸ਼ਨ ਵਗੈਰਾ ਲਗਾਉਂਦੇ ਆ। ਮਾਮਾ ਉਹਨੂੰ ਕੰਪਨੀ ਬਾਗ ਲੈ ਕੇ ਜਾਣਾ ਹੀ ਆ, ਹੋਸਪਿਟਲ ਹੀ ਲੈ ਕੇ ਜਾਣਾ ਹੀ ਆ ਜੇ ਬਿਮਾਰ ਹੋ ਗਈ ਆ। ਆਪਾਂ ਹੁਣ ਹੋਸਪਿਟਲ ਪਹੁੰਚ ਗਏ ਤਾਂ ਉਹਨੂੰ ਹੋਸਪਿਟਲ ਲਿਆ ਕੇ ਜਾਏਗਾ, ਹੋਰ ਕਿੱਥੇ ਲੈ ਕੇ ਜਾਣਾ ਹੀ ਆ, ਉਹਨੂੰ ਟੀਕਾ ਲਵਾ ਚੰਗੀ ਤਰ੍ਹਾਂ। ਪਤਾ ਨਹੀਂ ਡ੍ਰਿਪ ਲਾਉਂਦੇ ਆ ਹੁਣ, ਪਤਾ ਨਹੀਂ ਡ੍ਰਿਪ ਚਲਾਉਣਗੇ ਮੈਨੂੰ ਲੱਗਦਾ। ਦਵਾਈ ਲੈ ਲਈ ਹੁਣ ਫੇਰ। ਓਹੋ ਆਹ ਗੱਲ ਮਾੜੀ, ਤੂੰ ਇਹ ਦੱਸਿਆ ਨਹੀਂ ਕਿ ਹਾਂ ਵੀ ਡ੍ਰਿਪ ਲੱਗੀ ਕਿ ਇੰਜੈਕਸ਼ਨ ਲੱਗਾ, ਆਹ ਗੱਲ ਗਲਤ ਆ ਨਾ। ਚੰਗੀ ਤਰ੍ਹਾਂ ਦਿਖਾਇਆ ਕਰਕੇ ਡ੍ਰਿਪ ਲੱਗੀ ਇੰਜੈਕਸ਼ਨ ਲੱਗੀ ਤੇ ਕਿੱਥੇ ਲੱਗੀ ਆ। ਉਹ ਗਣ ਲਾ ਦੇ ਸਾਡੀ ਜਾਨ ਤੇ ਬਣੀਏ, ਸਾਡੀ ਜਾਨ ਤੇ ਬਣੀਏ, ਤੇਰਾ ਹਾਸਾ ਹੋ ਗਿਆ। ਮੋਟੂ ਸਾਹਿਬ ਗਾਣਾ ਕਿਹਦੇ ਲਈ ਗਾਣ ਡੇ ਜੇ? ਉਹ ਜਿਹੜੀ ਛੱਡ ਕੇ ਗਈ ਉਹਦੇ ਵਾਸਤੇ ਤਾਂ ਨੀ ਗਾਣ ਰਿਹਾ, ਜਿਹਦੇ ਸਲਫਾਜ ਖਾਧੀ ਸੀ। ਮੈਂ ਨਾ ਯਾਰ ਸਲਫਾਜ ਖਾ ਲਈ ਹੈ, ਠੀਕ ਆ। ਔਰ ਤੇਰੀ ਕੁੜੀ ਨੂੰ ਜਾਂ ਜਾ ਤੁਰ ਜਾ, ਧੀ ਦੀ ਫੁੱਤੀ ਚ ਲੋਲ ਲਈ ਦੀ। ਇਹਦਾ ਪਿਆ ਕੋ ਫਰਕ ਕਿ ਨਹੀਂ? ਸ਼ਾਬਾਸ਼, ਚਲੋ। ਹਾਂ ਉਹਨੂੰ ਬੜਾ ਫਰਕ ਪਿਆ ਮਾਮਾ ਤੇਰਾ ਗਾਣਾ ਸੁਣ ਕੇ। ਸਾਡੀ ਜਾਨ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ, ਵਲੋਗਾਂ ਵਾਲਾ ਹਾਸਾ ਹੋ ਗਿਆ ਤੇਰਾ। ਉਹਦੀ ਜਾਨ ਤੇ ਬਣੀ ਹੁੰਦੀ ਆ, ਉਹਨੂੰ ਟੀਕੇ ਲੱਗਣ ਨੇ ਹੁੰਦੇ ਆ, ਉਲਟੀਆਂ ਮਾਰਨ ਨੇ ਹੁੰਦੀ ਆ, ਇਹ ਵਲੋਗ ਬਣਾਉਣਾ ਹੁੰਦਾ। ਉੱਤੋਂ ਗਾਣਾ ਸੁਣਾਉਣ ਡਿਆ, ਉੱਤੋਂ ਕਹਿਣਾ ਪਿਆ ਫਰਕ ਕਰਦਿਆਂ ਕਰਦਿਆਂ ਸਮਾਨ ਹੀ ਬੜਾ ਕਰ ਲਿਆ ਵਾ ਤੇ ਵੇਖ ਲਓ ਹੈ ਕਿ ਨਹੀਂ। ਆ ਚੱਕਰ ਕੀ ਆ, ਕਦੀ ਤੂੰ ਇਹ ਚ ਬੰਦੇ ਸੁੱਟਦਾ ਵਾ, ਸੰਦੀਪ ਸੁੱਟਦਾ, ਇਹਨੂੰ ਐਂਬੂਲੈਂਸ ਬਣਾ ਲੈਂਦਾ ਵਾ, ਹੈ ਤੇ ਕਦੀ ਤੂੰ ਭੈਣ ਚ ਬੈਗ ਸੁੱਟ ਕੇ ਇਹਨੂੰ ਟੈਕਸੀ ਬਣਾ ਲੈਂਦਾ, ਇੰਨੇ ਬੈਗ ਹੋ ਗਏ। ਗੱਲ ਕੀ ਹੈ, ਦੀਦੀ ਹੁਣੀ ਆ ਗਏ ਨੇ, ਇਹ ਰਹਿਣਗੇ ਇੱਥੇ। ਦੀਦੀ ਹੁਣੀ ਆ ਗਏ ਆ, ਉਹ ਮਾਮਾ ਦੀਦੀ ਹੁਣਾਂ ਨੂੰ ਚਾਹ ਪਾਣੀ ਪੁੱਛ, ਤੂੰ ਆਉਂਦੇ ਕੈਮਰਾ ਖੋਲ ਕੇ ਵਲੌਗ ਬਣਾਉਣ ਲੱਗ ਜਾਂਦਾ ਵਾ। ਦੀਦੀ ਹੁਣੀ ਆ ਗਏ ਨੇ, ਇਹ ਹੁਣ ਘਰ ਰਹਿਣਗੇ, ਰਖਵਾਲੀ ਕਰਨਗੇ।
ਝੂਠ ਨਾ ਬੋਲ ਕੇ ਮੈਂ ਦਰਸ਼ਨ ਕਰਨ ਚੱਲਿਆ, ਤੂੰ ਚੱਲਿਆ ਵਲੌਗ ਬਣਾਉਣ। ਸਹੀ ਪਕੜੇ ਹੈ ਮਾਮਾ, ਜੇ ਤੂੰ ਦਰਸ਼ਨ ਕਰਨ ਚੱਲਿਆ ਹੁੰਦਾ ਤੇ ਗੁਰਦੁਆਰੇ ਜਾ ਕੇ ਉੱਥੇ ਕੈਮਰਾ ਥੋੜੀ ਆਨ ਕਰਨਾ ਸੀ। ਇਹ ਪਹੁੰਚ ਗਏ ਹੁਣ ਕੋਲ ਪੁਖਤਾ ਸਾਹਿਬ ਗੁਰਦੁਆਰੇ, ਤੂੰ ਉੱਥੇ ਦਰਸ਼ਨ ਕਰਨੇ ਸੀ ਤੇ ਫਿਰ ਬਾਹਰ ਆ ਕੇ ਵੀਡੀਓ ਬਣਾਉਣੀ ਸੀ ਕਿ ਆਪਾਂ ਦਰਸ਼ਨ ਕਰ ਲਿਆ, ਤੂੰ ਤੇ ਗੁਰਦੁਆਰੇ ਦੇ ਅੰਦਰ ਵੀ ਮਾਮਾ ਕੈਮਰੇ ਨੂੰ ਲੈ ਗਿਆ ਉੱਥੇ ਵਲੌਗ ਬਣਾਉਣ। ਵਾਹ 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 ਵਾਹ। ਕਿਰਨ ਦੀਦੀ ਤੇ ਜੀਜਾ ਜਿਹੜੇ ਨੇ ਉਹ ਇੱਥੇ ਰਹਿਣਗੇ, ਸਾਡੀ ਘਰ ਦੀ ਰਖਵਾਲੀ ਕਰਨਗੇ, ਉਹ ਘਰੇ ਰਹਿਣਗੇ ਕਿਉਂਕਿ ਤੁਹਾਨੂੰ ਪਤਾ ਆ ਮਾਹੌਲ ਚਾਲ ਜਿੱਦਾਂ ਦੇ ਚੱਲ ਰਹੇ ਅੱਜ ਕੱਲ੍ਹ। ਪਹਿਲਾ ਸਾਲਾ ਹੋਣਾ ਜਿਹੜਾ ਜੀਜੇ ਨੂੰ ਸਿਕਿਉਰਿਟੀ ਗਾਰਡ ਬਣਾ ਛੱਡਿਆ ਘਰ ਦਾ ਰਖਵਾਲਾ, ਉਹ ਮਾਮਾ ਜੀਜੇ ਨੂੰ ਮਾਮਾ ਇੱਜ਼ਤ ਦੇਈਦੀ ਆ, ਜੀਜਾ ਰਖਵਾਲੀ ਰੱਖੇਗਾ, ਦੀਦੀ ਵੀ ਰੱਖੇਗੀ ਰਖਵਾਲੀ। ਕਿੰਨਾ ਕੁ ਸੋਨਾ ਨੱਪਿਆ ਅੰਦਰ, ਬਹੁਤ ਪੈਸਾ ਆਇਆ ਮੇਰੇ ਪਾਸ, ਤਿਜੋਰੀਆਂ ਭਰ ਰਹੀ ਹੈ, ਇਤਨਾ ਪੈਸਾ ਆਇਆ ਕਿ ਖਤਮ ਹੀ ਨਹੀਂ ਹੋ ਰਹਾ। ਆਜ ਹੀ ਮੈਂ 25 ਕਰੋੜ ਰੁਪਏ ਲੈ ਕੇ ਨਿਕਲਾ ਤਾ ਮਾਰਕੀਟ ਮੈਂ ਖਰਚ ਕਰਨੇ ਕੇ ਲੀਏ, ਸਾਲਾ ਬਹੁਤ ਜ਼ਿਆਦਾ ਮਿਹਨਤ ਕਰਨੇ ਕੇ ਬਾਅਦ ਵੀ 16 ਕਰੋੜ ਰੁਪਏ ਖਰਚ ਹੋਏ, 9 ਕਰੋੜ ਰੁਪਏ ਅਭੀ ਵੀ ਬਚੇ ਹੈ। ਹਾਂਜੀ ਦੁੱਧ ਘੱਟ ਕਰ ਲਾ, ਦੁੱਧ ਕੇ ਸਾਰਾ ਥੋੜਾ ਕਰ ਲੋਗੇ, ਇਨਾ ਕਰਨਾ ਉਹ ਘੱਟ ਕਰ ਲਾ। ਸੁਨੀਪ ਭਾਬੀ ਦੁੱਧ ਘੱਟ ਕਰ ਲਾ, ਜੀਜਾ ਵੀ ਘਰ ਰਹਿਣਾ, ਉਹਨੇ 4-5 ਦਿਨ ਕੱਢਨੇ ਇਹੀ ਦੁੱਧ ਨਾ। ਠੀਕ ਹੈ, ਸ਼ਾਇਦ 84 ਲਿਖਿਆ ਸੀਗਾ ਤੇ ਹੁਣ 4000 ਦਾ ਤੇਲ ਲੱਗਿਆ ਪਿਆ ਪਾਉਣ। ਕਿੱਡਾ ਵਧੀਆ ਬੰਦਾ ਆ, ਲੋਕੀ ਤੇਲ ਗੱਡੀ ਚ ਪਵਾਉਂਦੇ ਆ, ਇਹ ਪਿਉਂਦਾ ਆ, 3000 ਦਾ ਤੇਲ ਲੱਗਿਆ ਪਿਆ ਤੇਲ ਕਿਹਨੂੰ ਪਿਉਣਾ ਹੀ ਹੋ, ਸੁਦੀਪ ਨੂੰ ਤਾਂ ਨਹੀਂ ਪਿਉਣਾ ਤੇਲ। ਹਰਗੁਣ ਤਾਂ ਸੌਂ ਗਈ ਆ ਵੀ, ਹਰਗੁਣ ਦੀ ਸਿਹਤ ਨਹੀਂ ਸੀ ਠੀਕ ਤੇ ਕਿੱਥੋਂ ਇੱਥੇ ਮੁੜਨਾ। ਅੱਛਾ ਅੱਛਾ, ਤੇ ਹੁਣ ਹਰਗੁਣ ਸੌਂ ਗਈ ਆ। ਬੁੱਢਾ ਤੇਰਾ ਕਹਿਣ ਡਿਆ ਇੱਥੋਂ ਮੁੜਨਾ ਵਾ, ਨਹੀਂ ਹੁਣ ਹਰਗੁਣ ਸੌਂ ਗਈ ਆ। ਉਹ ਕੱਟ ਮੋੜ ਲਾ ਪਹਿਲਾਂ ਹਰਗੁਣ ਦਾ, ਬਾਅਦ ਚ ਦੱਸ ਲਈ ਕਿ ਹਰਗੁਣ ਸੌਂ ਗਈ ਆ ਕਿ ਉੱਠੀ ਆ। ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਇਹ ਲੈਟਾਂ ਵਾਲਾ ਚਮਕਾ ਗਾ ਜਿੱਥੇ ਮਿਸ ਪੂਜਾ ਦਾ ਗਾਣਾ ਨਹੀਂ, ਲੈਟਾਂ ਵਾਲੇ ਤੜਕੇ ਮੈਨੂੰ ਚੌਂਕ ਵਿੱਚ ਆ ਜੀ ਮਿਲਣੇ ਸੋਹਣੇ, ਏਦਾਂ ਦਾ ਕੋਈ ਗਾਣਾ ਨਹੀਂ ਹੈਗਾ ਜੀ। ਬੁੱਢੀ ਬੈਠੀ ਹੈ, ਬਾਪੂ ਲਾਗੇ ਬੈਠਾ, ਸਾਰੇ ਲਾਗੇ ਬੈਠੇ ਆ, ਉੱਥੇ ਕਹਿਣ ਡਿਆ ਲੈਟਾਂ ਵਾਲੇ ਚੌਂਕ ਵਿੱਚ ਮਿਸ ਪੂਜਾ ਕਹਿੰਦੀ ਮਿਲਣਾ ਜੀ, ਗਾਣੇ ਦੀ ਵੀ ਐਸੀ ਤੈਸੀ ਕਰਤੀ ਇਹਨੇ। ਇਹ ਤਾਂ ਹੈ ਹੀ ਭੋਰੂਗਾ, ਜਦੋਂ ਵੇਖੋ ਵਲੌਗਾਂ ਵਿੱਚ ਭੋਰਦਾ ਰਹਿੰਦਾ। ਆਓ ਆਪਾਂ ਇੰਜ ਚੂਹੀ ਵਾਲੇ ਵੇਖੀਏ, ਕਹਿੰਦੇ ਉਹ ਵੀ ਬਿਮਾਰ ਪੈ ਗਈ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਦਾਦੀ ਹਾਂਜੀ ਅਸੀਂ ਵਧੀਆ, ਤੁਸੀਂ ਸੁਣਾਓ? ਅਸੀਂ ਤੇ ਠੀਕ ਆ, ਤੁਸੀਂ ਠੀਕ ਹੋ? ਪਰ ਅੱਜ ਮੈਂ ਨਹੀਂ ਵਧੀਆ ਹੈਗੀ। ਆ ਪਨੀਰ ਵੱਧ ਖਾ ਲਿਆ ਕਿ ਕ੍ਰਿਸਪੀ ਚਿਕਨ ਵੱਧ ਖਾ ਲਿਆ? ਮਤਲਬ ਉਹਵੇਂ ਥੋੜਾ ਜਿਹਾ ਜਿਵੇਂ ਜ਼ੁਕਾਮ ਬੁਖਾਰ, ਗਲਾ ਬਹੁਤ ਜ਼ਿਆਦਾ ਖਰਾਬ ਹੈਗਾ। ਭੈਣ ਚੋ ਟ੍ਰੇਨਿੰਗ ਕਿਰਕੋ ਲੈਂਦੇ ਆ, ਜਿਹੜਾ ਮੂੰਹ ਚੁੱਕਦਾ ਵਾ ਅੱਜ ਗਾਈਸ ਮੇਰੇ ਦਰਦ ਹੋ ਰਹੀ ਹੈ, ਮੇਰੇ ਆ ਹੋ ਗਿਆ ਗਾਈਸ, ਮੈਨੂੰ ਖੰਗ ਲੱਗ ਗਈ ਇਧਰ ਉਹਦੀ ਮਠਾਰੂ, ਇਸ ਦੀਪ ਦੇ ਤਸਰੀ ਦੀ ਦਰਦ ਹੋਣ ਡੀ ਗਾਈਸ, ਹੁਣ ਗਾਈਸ ਟੀਕਾ ਲਾਉਣ ਪਿੱਛੇ ਆ ਕੇ ਤੁਹਾਡੇ। ਜ਼ਿਆਦਾ ਮੇਰੀ ਤਬੀਅਤ ਖਰਾਬ ਹੋ ਗਈ ਕਿਉਂਕਿ ਮੈਂ ਸ਼ਿਫਟ ਲਾਉਣ ਚਲੀ ਗਈ, ਸੋ ਅੱਜ ਇਸੇ ਕਰਕੇ ਮੈਂ ਛੁੱਟੀ ਲਿੱਤੀ ਕਿ ਜੇ ਮੈਂ ਛੁੱਟੀ ਲੈ ਕੇ ਰੈਸਟ ਕਰੂੰਗੀ ਫੇਰ ਹੀ ਵਧੀਆ ਰਹੂਗਾ। ਅੱਛਾ ਕੱਲ ਤੂੰ ਬਿਮਾਰ ਸੀ, ਅੱਜ ਤੂੰ ਠੀਕ ਹੋ ਗਈ ਹੈ ਹਨਾ, ਵਲੌਗ ਬਣਾਉਣ ਦੇ ਚੱਕਰ ਚ? ਕੱਲ ਤੱਕ ਵਲੌਗ ਨਹੀਂ ਬਣਿਆ, ਅੱਜ ਸੋਚਿਆ ਅੱਜ ਮੈਂ ਵਲੌਗ ਬਣਾ ਕੇ ਦਿਹਾੜੀ ਪਾਲਾ, ਜਿਹੜੀ ਆ ਮੇਰੀ ਸ਼ਿਫਟ ਤੋਂ ਟੁੱਟੀ ਏ, ਹੁਣ ਮੈਂ ਇੱਥੋਂ ਪਾਲਾ। ਗਾਈਸ ਮੈਂ ਤਾਂ ਠੀਕ ਨਹੀਂ ਹੈਗੀ ਯਾਰ, ਤੁਸੀਂ ਬਿਮਾਰੀ ਵਾਲੇ ਵਲੌਗ ਵਿਖਾ ਕੇ ਕੀ ਲੈਣਾ ਵਾ ਲੋਕਾਂ ਤੋਂ, ਮੈਨੂੰ ਤਾਂ ਤੁਹਾਡੀ ਨਹੀਂ ਸਮਝ ਲੱਗਦੀ ਕਿ ਚਾਹੀਦੇ ਵਲੌਗ ਪਾਇਆ ਕਰੋ। ਸ਼ਿਫਟ ਲਾਉਣ ਚਲੀ ਗਈ ਸੋ ਅੱਜ ਇਸੇ ਕਰਕੇ ਮੈਂ ਛੁੱਟੀ ਲਿੱਤੀ ਕਿ ਜੇ ਮੈਂ ਛੁੱਟੀ ਲੈ ਕੇ ਰੈਸਟ ਕਰੂੰਗੀ। ਛੁੱਟੀ ਲੈ ਕੇ ਨਾ ਰੈਸਟ ਕਰਾਂਗੀ ਤੇ ਮੈਂ ਰੈਸਟ ਕਰਾਂਗੀ ਛੁੱਟੀ ਲੈ ਕੇ, ਤੇ ਰੈਸਟ ਕਰਨਾ ਤੇ ਤੂੰ ਤੇ ਵਲੌਗ ਬਣਾਉਣੀ ਸ਼ੀਸ਼ੇ ਅੱਗੇ ਖਲੋ ਕੇ ਕਿ ਜੇ ਮੈਂ ਛੁੱਟੀ ਲੈ ਕੇ ਰੈਸਟ ਕਰੂੰਗੀ ਤੋ ਕਰਨਾ ਤੇ
ਕੱਲ ਮੈਂ ਬਿਮਾਰ ਪਈ ਤੇ ਅੱਜ ਸ਼ਿਵਮ ਬਿਮਾਰ ਪੈ ਗਈ, ਜਿੱਦਾਂ ਘਰ ਚ ਵਾਇਰਲ ਹੋ ਜਾਂਦਾ ਨਾ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਬਹੁਤ। ਉਹ ਵਲੌਗ ਬਾਅਦ ਚ ਬਣਾਈ, ਪਹਿਲਾਂ ਨਲੀ ਪੂਛ ਗਿਆ ਉੱਥੇ ਕਰੀ ਜਾਣੀ, ਇਹ ਕੀ ਕਰੀ ਜਾਣ ਡੀ ਹੈ ਨਾਲੇ ਵਾਇਰਲ ਬੰਦੇ ਤੋਂ ਬੰਦੇ ਨੂੰ ਨੀ ਹੋਇਆ, ਤੂੰ ਹੀ ਤੋਂ ਬੰਦੇ ਨੂੰ ਹੋਇਆ। ਸਹੀ ਪਕੜੇ ਹੈ ਜਦੋਂ ਇੱਦਾਂ ਫੀਵਰ ਵਗੈਰਾ ਹੁੰਦਾ ਤੇ ਤਿੰਨ ਚਾਰ ਦਿਨ ਆਪਣਾ ਜ਼ੋਰ ਪਾ ਕੇ ਫਿਰ ਆਪੇ ਜਾਂਦਾ, ਆਪਾਂ ਜਿੰਨੀਆਂ ਮਰਜ਼ੀ ਮੈਡੀਸਿਨ ਖਾ ਲਈਏ ਤਿੰਨ ਚਾਰ ਦਿਨ ਤਾਂ ਰਹਿਣਾ ਹੀ ਆ। ਫਿਲਹਾਲ ਤਾਂ ਆਪਾਂ ਇੰਡੀਆ ਵਾਲੀਆਂ ਮੈਡੀਸਿਨ ਹੀ ਖਾ ਰਹੇ ਹਾਂ। ਉਹ ਤੂੰ ਬੰਦਿਆਂ ਵਾਲੀ ਦਵਾਈ ਖਾਈ ਜਾਣ ਡੀ ਹੈ, ਤੂੰ ਖਾ ਚੂਹਿਆਂ ਵਾਲੀ ਦਵਾਈ, ਦਵਾਈ ਦਾ ਨਾਮ ਪਤਾ ਕੀ ਹੈ? ਰੈਟ ਕਿਲਰ, ਉਹ ਖਾ। ਉੱਥੇ ਇੰਡੀਆ ਵੀ ਅੰਮ੍ਰਿਤਸਰ ਸਾਰੇ ਬਿਮਾਰ ਪੈਂਦੇ ਪਏ ਆ, ਮੇਰੇ ਮੰਮਾ ਵੀ ਬਿਮਾਰ ਹੈਗੇ ਆ, ਮਯੰਕ ਵੀ ਬਿਮਾਰ ਹੈਗਾ। ਉਹ ਤੇ ਬਿਮਾਰ ਤਾਂ ਹੋਇਆ ਨਾ, ਉਹ ਸੂਟਾ ਬੜਾ ਖਿੱਚਣ ਲੱਗ ਗਿਆ ਸੀ, ਤੂੰ ਆਪਣਾ ਦੱਸ ਤੂੰ ਕਿਉਂ ਬਿਮਾਰ ਹੋ ਗਈ ਹੈ? ਸੋ ਇਹ ਵਾਇਰਲ ਜੇ ਫੈਲਿਆ ਹੋਇਆ ਠੰਡ। ਅੱਛਾ ਠੀਕ ਹੈ, ਥੋੜੇ ਬਹੁਤ ਤਿਆਰ ਸ਼ਿਆਰ ਹੋਏ ਆ, ਹੁਣ ਤਾਂ ਮੈਂ ਤੁਹਾਨੂੰ ਲੱਗਦੀ ਹੋਣੀ ਹੈ ਕਿ ਬਿਮਾਰ ਤਾਂ ਨਹੀਂ ਲੱਗਦੀ ਪਈ, ਕਿਉਂਕਿ ਹੁਣ ਮੈਂ ਕਿਹਾ ਚੱਲ ਯਾਰ ਹੁਣ ਬਿਮਾਰ ਬਿਮੂਰ ਸ਼ੋਅ ਕਰਕੇ ਥੋੜ੍ਹੀ ਆਪਾਂ ਵਲੌਗ ਬਣਾਉਣਾ ਵਾ, ਪਰ ਮੈਂ ਸੱਚੀ ਦੱਸਾਂ ਅੱਜ ਮੈਂ 2 ਦਿਨ ਬਾਅਦ ਥੋੜ੍ਹੀ ਜਿਹੀ ਰੈਡੀ ਹੋਈ ਹਾਂ। ਵਾਲ ਵਾਹ ਕੇ ਲਿਪਸਟਿਕ ਲਾ ਕੇ ਤੇ ਚੂੜਾ ਪਾ ਕੇ ਵਲੌਗ ਬਣਾਇਆ ਜਾ ਰਿਹਾ ਤੇ ਮੈਂ ਥੋੜੀ ਬਹੁਤੀ ਤਿਆਰ ਹੋਈ ਹਾਂ ਗਾਇਸ। ਹਾਂ ਹਾਂ, ਜਰਨੀ ਦੱਸਣੀ ਨਾ ਆਪਣੀ 1 ਸਾਲ ਦੀ ਜਰਨੀ, ਮੈਂ ਕੀ ਕੀਤਾ ਕਿ ਮੈਂ ਵੰਸ਼ੂ ਨੂੰ ਕਿੰਨਾ ਯੂਜ਼ ਕੀਤਾ, ਵੰਸ਼ੂ ਕਰਾਤੀ 1 ਸਾਲ ਚ। ਕੋਈ ਗੱਲ ਨੀ, ਵੰਸ਼ੂ ਨੇ ਜਲਦੀ ਗੱਡੀ ਲੈ ਲੈਣੀ ਹੈ ਨਾ। ਵੰਸ਼ੂ ਗਿਆ ਸੀਗਾ ਮੈਟਰਸ ਦਾ ਪਤਾ ਕਰਨ, ਮੈਂ ਨਾ ਆਲੂ ਦੱਸਦੀ ਰਹੀ, ਐਡੇ ਐਡੇ ਵੱਡੇ ਗਾਇਸ ਆਲੂ ਹੁੰਦੇ ਕੈਨੇਡਾ ਵਿੱਚ, ਆਲੂ ਬੜੇ ਵੱਡੇ ਆ ਇੱਥੇ, ਤੇ ਮੈਂ ਦੱਸਦੀ ਰਹੀ ਹਾਂ ਸੜਕ ਕਿੱਦਾਂ ਪਾਰ ਕਰਨੀ ਆ, ਆ ਨੱਪੋ ਨੱਪੋ ਤੇ ਸੜਕ ਪਾਰ ਕਰੋ। ਬੁਰਾ ਹੀ ਹਾਲ ਹੋਇਆ ਪਿਆ ਸੀਗਾ, ਪਰ ਬਾਬਾ ਜੀ ਦੀ ਮਿਹਰ ਨਾਲ ਥੋੜੀ ਹੁਣ ਆਵਾਜ਼ ਵੀ ਨਿਕਲਦੀ ਪਈ ਆ, ਨਹੀਂ ਤਾਂ ਤੁਸੀਂ ਵੇਖਿਆ ਹੀਗਾ ਜਦੋਂ ਮੈਂ ਵਲੌਗ ਸਟਾਰਟ ਕੀਤਾ ਬੁਰਾ ਹਾਲ ਸੀਗਾ। ਇਹ ਬਾਬਾ ਜੀ ਦੀ ਮਿਹਰ ਨਹੀਂ ਹੋਈ, ਇਹ ਤੁਸੀਂ ਵਲੌਗ ਬਣਾਉਣਾ ਸੀ, ਵਿਊ ਆਉਣੇ ਸੀ ਤੇ ਫਿਰ ਉਹ ਹੋਇਆ ਹੀ। ਘਰਦਿਆਂ ਨੇ ਬਹੁਤ ਜ਼ਿਆਦਾ ਟੈਨਸ਼ਨ ਲਈ, ਮੰਮਾ ਹੋਣੀ ਮੈਨੂੰ ਕਹਿਣ ਯਾਰ ਸਾਨੂੰ ਟੈਨਸ਼ਨ ਹੁੰਦੀ ਆ ਵੀ ਤੂੰ ਉੱਥੇ ਇਕੱਲੀ ਬੈਠੀ ਆ, ਤੂੰ ਇਕੱਲੀ ਆਉਂਦੀ ਜਾਂਦੀ ਆ ਕਿ ਕੋਈ ਤੈਨੂੰ ਕੁਛ ਕਹਿ ਨਾ ਦੇਵੇ। ਹਾਂ, ਮਾਪਿਆਂ ਨੂੰ ਡਰ ਹੁੰਦਾ ਆ ਕਿ ਸਾਡੀ ਚੂਹੀ ਕਿਸੇ ਦੀ ਕੜਕੀ ਚ ਨਾ ਆ ਜਾਏ, ਕੋਈ ਚੁੱਕੇ ਨਾ ਲੈ ਜਾਏ ਇਹਨੂੰ। ਗੱਡੀ ਚ ਚਾਹੀਦਾ, ਗੱਡੀ ਚ ਵਧੀਆ ਸੀਗਾ। ਤੇ ਉਸ ਤੋਂ ਬਾਅਦ ਫਿਰ ਡਰੀਮ ਕਾਰ ਮੇਰੀ ਸ਼ੁਰੂ ਤੋਂ ਸੀਗੀ ਜੀਪ। ਜੀਪ ਲੈਣੀ ਸੀ, ਡਰੀਮ ਕਾਰ, ਮੂੰਹ ਤੇਰਾ ਨੈਨੋ ਕਾਰ ਵਰਗਾ ਵਾ। ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ। ਤੇ ਇਹ ਉੱਡਦੇ ਰਹਿੰਦੇ ਆ, ਕਦੀ ਮਠਾਰੂ ਭਾਈ ਆਪਣੀ ਬੁੱਢੀ ਨੂੰ ਵਿਖਾਉਣ ਲੱਗ ਜਾਂਦੇ ਆ, ਇੱਧਰ ਏਂਜਲ ਚੂਹੀ ਬਿਮਾਰ ਪੈ ਜਾਂਦੀ ਆ, ਪਤਾ ਨਹੀਂ ਲੱਗਦਾ ਇਹਨਾਂ ਦਾ ਕਦਨ ਠੀਕ ਹੋ ਜਾਂਦੇ ਤੇ ਕਿੱਦਣ ਮਾਰ ਪੈ ਜਾਂਦੇ ਆ, ਨਾਲੇ ਗੱਡੀਆਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਬਹਿ ਕੇ, ਹਾਫੀ ਗੱਡੀ ਇਹਨੇ ਦੀ ਲਈ, ਅਸੀਂ ਗੱਡੀ ਉਹਨੇ ਦੀ ਲਈ, ਆਪਾਂ ਕੀ ਲੈਣਾ ਤੁਹਾਡੀਆਂ ਗੱਡੀਆਂ ਤੋਂ, ਕਿਸ਼ਤਾਂ ਤੁਸੀਂ ਲਾਉਣੀਆਂ ਹੈਂ, ਆਪਾਂ ਗੱਡੀ ਚਲਾਉਣੀ ਤੁਹਾਡੀ ਆ ਕੇ ਕੈਨੇਡਾ, ਉਧਰੋਂ ਉਹ ਵੀ ਸਲਾਹ ਗੱਡੀ ਲੈ ਕੇ ਤੇ ਪਤਾ ਨੀ ਕੀ ਕਰਦਾ ਰਹਿੰਦਾ, ਇੰਨੇ ਬੈਗ ਆ ਗਏ ਗੱਡੀ ਦੇ ਵਿੱਚ, ਸੰਦੀਪ ਬਿਮਾਰ ਹੋ ਗਈ ਹੁਣ ਗੱਡੀ ਜਿੱਥੇ ਲੈ ਕੇ ਚੱਲੇ ਆ, ਬਸ ਇਹੀ ਇਹਨਾਂ ਦਾ, ਰੋਂਦੇ ਰਹਿੰਦੇ ਯਾਰ, ਪੈਸੇ ਵੀ ਆਉਂਦੇ ਫਿਰ ਰੋਂਦੇ ਰਹਿੰਦੇ ਆ। ਸੋ ਮਿਲਦੇ ਆਪਾਂ ਨੈਕਸਟ ਵੀਡੀਓ 'ਚ, ਬਾਏ ਬਾਏ।